ਦਾਜ ਦੇ ਮਾਮਲੇ ਵਿੱਚ ਨਾਮਜ਼ਦ ਦੋਸ਼ੀ ਨੂੰ ਕਾਬੂ ਕਰਨਗੇ ਪੁਲਿਸ ਪਾਰਟੀ ਨਾਲ ਹੋਈ ਧੱਕਾਮੁੱਕੀ। ਹੋਮਗਾਰਡ ਜਵਾਨ ਦੀ ਵਰਦੀ ਦੇ ਬਟਨ ਟੁੱਟਣ ਤੇ ਤਿੰਨ ਮਹਿਲਾਵਾਂ ਖਿਲਾਫ ਕੀਤਾ ਮਾਮਲਾ ਦਰਜ। ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਸਨ 2020 ਵਿੱਚ ਮੁਕਦਮਾ ਨੰਬਰ 199 ਦਾਜ ਐਕਟ ਦਰਜ ਕੀਤਾ ਗਿਆ ਸੀ, ਜਿਸ ਦਾ ਮੁੱਖ ਦੋਸ਼ੀ ਮਨਪ੍ਰੀਤ ਸਿੰਘ ਫਰਾਰ ਚੱਲ ਰਿਹਾ ਹੈ। ਇਸ ਸੰਬੰਧੀ ਕੱਲ੍ਹ ਥਾਣਾ ਸਦਰ ਪੱਟੀ ਦੀ ਪੁਲਿਸ ਥਾਣਾ ਹਰੀਕੇ ਦੀ ਪੁਲਿਸ ਨੂੰ ਨਾਲ ਲੈ ਕੇ ਥਾਣਾ ਹਰੀਕੇ ਦੇ ਪਿੰਡ ਬੂਹ ਹਵੇਲੀਆਂ ਵਿੱਚ ਰੇਡ ਕੀਤੀ ਗਈ। ਘਰ ਵਿੱਚ ਮੌਜੂਦ ਔਰਤਾਂ ਨੇ ਪੁਲਿਸ ਨੂੰ ਘਰ ਦੀ ਤਲਾਸ਼ੀ ਲੈਣ ਤੋਂ ਮਨਾ ਕਰ ਦਿੱਤਾ ਅਤੇ ਪੁਲਿਸ ਨੇ ਘਰ ਵਿੱਚ ਦਾਖਲ ਨਹੀਂ ਹੋਣ ਦਿੱਤਾ। ਜਦ ਪੁਲਿਸ ਘਰ ਦੀ ਤਲਾਸ਼ੀ ਲੈਣ ਲਈ ਅੱਗੇ ਵਧੀ ਤਾਂ ਉਕਤ ਮਹਿਲਾਵਾਂ ਨੇ ਪੁਲਿਸ ਪਾਰਟੀ ਤੇ ਧਾਵਾ ਬੋਲ ਦਿੱਤਾ ਅਤੇ ਪੁਲਿਸ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ ਅਤੇ ਹੋਮਗਾਰਡ ਜਵਾਨ ਗੁਰਭੇਜ ਸਿੰਘ ਵਰਦੀ ਨੂੰ ਹੱਥ ਪਾਇਆ ਅਤੇ ਉਸਦੀ ਵਰਦੀ ਦੇ ਬਟਨ ਤੋੜ ਦਿੱਤੇ ਅਤੇ ਥਾਣਾ ਹਰੀਕੇ ਦੀ SHO ਮੈਡਮ ਸੁਨੀਤਾ ਰਾਣੀ ਦੀ ਵਰਦੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਸੋਨੂੰ ਫਤਿਹਾਬਾਦ ਦੀ ਵਿਸ਼ੇਸ਼ ਰਿਪੋਰਟ। ਪੁਲਿਸ ਪਾਰਟੀ ਰੇਡ ਕਰਨ ਗਈ ਸੀਗੀ, ਉੱਥੇ ਪੁਲਿਸ ਨਾਲ ਕੋਈ ਵਧੀਕੀ ਹੋਈ ਆ, ਕਿੰਨਾ ਲੋਕਾਂ ਨੂੰ ਵਧੀਕੀ ਕੀਤੀ ਗਈ, ਕੀ ਮਾਮਲਾ ਸੀਗਾ ਤੇ ਕੀ ਕਾਰਵਾਈ ਹੋ ਜਾਂਦੀ ਹੈ? ਇਹਦੇ ਵਿੱਚ ਦੇਖੋ ਜੀ, ਥਾਣੇ ਸਦਰ ਪੱਟੀ ਦਾ ਮੁਕੱਦਮਾ ਸੀਗਾ ਜਿਹੜਾ ਕਿ ਪੱਟੀ ਸਬ ਡਿਵੀਜ਼ਨ ਵਿੱਚ ਇਹ ਥਾਣਾ ਪੈਂਦਾ ਹੈਗਾ। ਉਹ ਜਿਹੜਾ ਮੁਕੱਦਮਾ ਨੰਬਰ 199/20 ਸੀ ਜਿਹੜਾ ਕਿ ਦਾਜ ਦੇ ਇੱਦਾਂ ਦਰਜ ਹੋਇਆ ਸੀ। ਥਾਣੇ ਸਦਰ ਪੱਟੀ ਦੀ ਪੁਲਿਸ ਆਪਣੇ ਥਾਣੇ ਹਰੀਕੇ ਵਿਖੇ ਆਈ ਸੀ ਕਿਉਂਕਿ ਇਹਦਾ ਜਿਹੜਾ ਵਕੂਆ ਇਹ ਆਪਣੇ ਪਿੰਡ ਹਰੀਕੇ ਦੇ ਵਿੱਚ ਪੈਂਦਾ ਹੈਗਾ, ਜਿਹਦੇ ਕਰਕੇ ਉਹਨਾਂ ਨੇ ਆਪਣੀ ਮਦਦ ਨਾਲ ਉਹਨਾਂ ਦੇ ਘਰ ਰੇਡ ਕੀਤਾ। ਜਿਹੜਾ ਮੇਨ ਦੋਸ਼ੀ ਮਨਪ੍ਰੀਤ ਸਿੰਘ ਸੀਗਾ ਉਹਦੀ ਅਜੇ ਗ੍ਰਿਫਤਾਰੀ ਪੈਂਡਿੰਗ ਸੀ ਅਤੇ ਉਹਦੀ ਗ੍ਰਿਫਤਾਰੀ ਸੰਬੰਧੀ ਜਦੋਂ ਅਸੀਂ ਘਰ ਗਏ ਹਾਂ ਸਮੇਤ ਪੁਲਿਸ ਪਾਰਟੀ, ਅਤੇ ਜਿਹੜੇ ਵੀ ਘਰ ਵਿੱਚ ਤਿੰਨ ਔਰਤਾਂ ਮੌਜੂਦ ਸੀ, ਇੱਕ ਤਾਂ ਗੁਰਮੀਤ ਕੌਰ, ਕੁਲਬੀਰ ਕੌਰ ਅਤੇ ਇਸ ਦੀ ਛੋਟੀ ਬੇਟੀ ਸੀ, ਅਤੇ ਜਿਨ੍ਹਾਂ ਨੇ ਸਾਨੂੰ ਘਰ ਦੀ ਤਲਾਸ਼ੀ ਲੈਣ ਤੋਂ ਅਤੇ ਦੋਸ਼ੀ ਦੀ ਗ੍ਰਿਫਤਾਰੀ ਕਰਨ ਤੋਂ ਕਾਫੀ ਰੋਕ ਟੋਕ ਕੀਤੀ ਅਤੇ ਕਾਫੀ ਪੁਲਿਸ ਦੇ ਹੱਥੋਂ ਪਾਈ ਵੀ ਕੀਤੀ, ਜਿਹਦੇ ਸੰਬੰਧ ਵਿੱਚ ਅਸੀਂ ਇਹ ਸਾਰਾ ਮਾਮਲਾ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆ ਕੇ ਅਤੇ ਅਸੀਂ ਜਿਹੜਾ ਵਾ ਕੇਸ ਰਜਿਸਟਰ ਕੀਤਾ ਹੈਗਾ ਗੁਰਪ੍ਰੀਤ ਕੌਰ, ਕੁਲਬੀਰ ਕੌਰ ਅਤੇ ਇਸ ਦੀ ਲੜਕੀ ਦੇ ਖਿਲਾਫ਼, ਅਤੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਅਤੇ ਪਰ ਜਿਹੜਾ ਮਨਪ੍ਰੀਤ ਸਿੰਘ ਆ ਜਿਹਦੀ ਗ੍ਰਿਫਤਾਰੀ ਲਈ ਅਸੀਂ ਘਰੇ ਗਏ ਸੀ ਉਹ ਹਜੇ ਗ੍ਰਿਫਤਾਰ ਨਹੀਂ ਹੋ ਸਕਿਆ ਅਤੇ ਇਸ ਸੰਬੰਧੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਹਾਂਜੀ, ਇਹਦੇ ਵਿੱਚ ਇਹੀ ਆ ਕਿ ਮੇਨ ਤਾਂ ਚਲੋ ਔਰਤਾਂ ਸੀਗੀਆਂ ਘਰ ਵਿੱਚ, ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਮੁਲਾਜ਼ਮ ਤਾਂ ਜ਼ਿਆਦਾ ਇਹਦੇ ਵਿੱਚ ਕੋਈ ਹੱਥੋਂ ਪਾਈ ਕਰ ਨਹੀਂ ਸਕਦੇ ਸੀ, ਅਤੇ ਇਹ ਚੀਜ਼ ਦਾ ਹੀ ਉਹਨਾਂ ਨੇ ਫਾਇਦਾ ਉਠਾਉਂਦੇ ਹੋਏ, ਅਤੇ ਜਿਹੜੀਆਂ ਘਰ ਵਿੱਚ ਔਰਤਾਂ ਸੀ ਉਹਨਾਂ ਨੇ ਸਾਡੇ ਇੱਕ ਮੁਲਾਜ਼ਮ ਦੀ ਵਰਦੀ ਨੂੰ ਵੀ ਖਿੱਚੋਤਾਣ ਕੀਤੀ ਜਿਹਦੇ ਨਾਲ ਉਹਦੇ ਬਟਨ ਵਗੈਰਾ ਟੁੱਟ ਗਏ ਆ। ਹਾਂਜੀ, ਖਿਲਾਫ਼ ਜਿਹੜਾ ਪੁਲਿਸ ਨੇ ਇਹਨਾਂ ਦੇ ਔਰਤਾਂ ਜਿਹੜੀਆਂ ਜਿਹਨਾਂ ਘਰ ਰੇਡ ਕੀਤੀ ਗਈ ਹੈ ਉਹਨਾਂ ਦੇ ਖਿਲਾਫ਼ ਕੀ ਮਾਮਲਾ ਜਿਹੜਾ ਪੁਲਿਸ ਵੱਲੋਂ ਦਰਜ ਕੀਤਾ ਗਿਆ? ਇਹਦੇ ਵਿੱਚ ਜੀ ਅਸੀਂ 42/23 ਕੇਸ ਰਜਿਸਟਰ ਕੀਤਾ ਹੈਗਾ ਵਾ, ਜਿਹੜਾ ਕਿ ਆਪਣੀਆਂ IPC ਦੀਆਂ ਧਾਰਾਵਾਂ 353, 186, 342, 325, 34 IPC ਦੇ ਤਹਿਤ ਅਸੀਂ ਮੁਕੱਦਮਾ ਦਰਜ ਕਰ ਲਿਆ ਤਿੰਨਾਂ ਲੇਡੀਜ਼ ਦੇ ਖਿਲਾਫ਼, ਅਤੇ ਜਿਹੜੀ ਸਾਡੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਹੈ। ਅਤੇ ਇਹਨਾਂ ਵਿੱਚ ਕੋਈ ਗ੍ਰਿਫਤਾਰੀ ਵੀ ਹੋਈ ਆ? ਨਹੀਂ, ਅਜੇ ਗ੍ਰਿਫਤਾਰੀ ਨਹੀਂ ਹੋਈ ਇਹਨਾਂ ਦੀ ਕਿਉਂਕਿ ਇਹ ਘਰੋਂ ਫਰਾਰ ਹੀ ਆ, ਫਿਰ ਵੀ ਅਸੀਂ ਇਹਨਾਂ ਦੀ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ ਅਤੇ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜੋ ਵੀ ਕਾਨੂੰਨ ਦੇ ਅਨੁਸਾਰ ਬਣਦੀ ਕਾਰਵਾਈ ਹੈ ਜਿਹੜੀ ਕੀਤੀ ਜਾਵੇ।